ਸਿਖਲਾਈ ਮੌਕੇ ਸਿੱਖ ਰੈਜੀਮੈਂਟ ਦਾ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ। ਦੱਸਦੇ ਕਿ 34 ਸਾਲ ਇਸ ਸ਼ਹੀਦ ਦੀ ਉਮਰ ਸੀ। ਪੂਰੇ ਇਲਾਕੇ ਨੂੰ ਸ਼ਹੀਦ ਦੀ ਸ਼ਹਾਦਤ ਤੇ ਮਾਣ ਹੈ। ਸ਼੍ਰੀ ਗੰਗਾਨਗਰ ਦੇ ਕੋਟਾ ਦੇ ਵਿੱਚ ਸਿਖਲਾਈ ਕੈਂਪ ਲੱਗਿਆ ਹੋਇਆ ਸੀ ਤਾਂ 14 ਸਿੱਖ ਰੈਜੀਮੈਂਟ ਦੇ ਵਿੱਚ ਇਹ ਜਵਾਨ ਭਰਤੀ ਹੋਇਆ। ਸੁਰਿੰਦਰ ਸਿੰਘ ਇਸਦਾ ਨਾਮ ਸੀ। ਦੱਸਦੇ ਕਿ ਸੰਗਰੂਰ ਦੇ ਮੂਣਕ ਇਲਾਕੇ ਦੇ ਪਿੰਡ ਡੂਡੀਆਂ ਦਾ ਇਹ ਫੌਜੀ ਜਵਾਨ ਸੀ ਜੋ ਕੁਛ ਸਮਾਂ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਤੇ ਅੱਜ ਇਸਨੇ ਸ਼ਹਾਦਤ ਦਾ ਜਾਮ ਪੀ ਲਿਆ। ਸੁਰਿੰਦਰ ਸਿੰਘ ਭਾਰਤੀ ਸੈਨਾ ਦੇ ਵਿੱਚ 14 ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੋਇਆ ਸੀ ਅਤੇ ਰਾਜਸਥਾਨ ਦੇ ਕੋਟਾ ਦੇ ਵਿੱਚ ਤੈਨਾਤ ਸੀ। ਦੱਸਦੇ ਕਿ ਅੱਜ ਸ਼ਹੀਦ ਸੁਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਪਿੰਡ ਡੂੜੀਆਂ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸਦੇ ਕਿ ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਸਿਖਲਾਈ ਦੇ ਮੌਕੇ ਸ਼ਹੀਦ ਹੋ ਗਿਆ। 14 ਸਿੱਖ ਰੈਜੀਮੈਂਟ ਦਾ ਇਹ ਫੌਜੀ ਸੀ ਸੁਰਿੰਦਰ ਸਿੰਘ। 34 ਸਾਲ ਇਸ ਦੀ ਉਮਰ ਸੀ। ਪੂਰੇ ਇਲਾਕੇ ਨੂੰ ਸ਼ਹੀਦ ਦੀ ਸ਼ਹਾਦਤ ਤੇ ਮਾਣ ਹੈ। ਮੂਣਕ ਦੇ ਪਿੰਡ ਡੂੜੀਆਂ ਦਾ ਇਹ ਫੌਜੀ ਜਵਾਨ ਸੁਰਿੰਦਰ ਸਿੰਘ ਰਹਿਣ ਵਾਲਾ ਸੀ। ਸ਼੍ਰੀ ਗੰਗਾਨਗਰ ਦੇ ਕੋਟਾ ਦੇ ਵਿੱਚ ਟ੍ਰੇਨਿੰਗ ਦੌਰਾਨ ਇਹ ਜਵਾਨ ਸ਼ਹੀਦ ਹੋ ਗਿਆ। ਸਿਖਲਾਈ ਮੌਕੇ ਸਿੱਖ ਰੈਜੀਮੈਂਟ ਦਾ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ। ਦੱਸਦੇ ਕਿ 34 ਸਾਲ ਇਸ ਸ਼ਹੀਦ ਦੀ ਉਮਰ ਸੀ। ਪੂਰੇ ਇਲਾਕੇ ਨੂੰ ਸ਼ਹੀਦ ਦੀ ਸ਼ਹਾਦਤ ਤੇ ਮਾਣ ਹੈ। ਸ਼੍ਰੀ ਗੰਗਾਨਗਰ ਦੇ ਕੋਟਾ ਦੇ ਵਿੱਚ ਸਿਖਲਾਈ ਕੈਂਪ ਲੱਗਿਆ ਹੋਇਆ ਸੀ ਤਾਂ 14 ਸਿੱਖ ਰੈਜੀਮੈਂਟ ਦੇ ਵਿੱਚ ਇਹ ਜਵਾਨ ਭਰਤੀ ਹੋਇਆ। ਸੁਰਿੰਦਰ ਸਿੰਘ ਇਸਦਾ ਨਾਮ ਸੀ। ਦੱਸਦੇ ਕਿ ਸੰਗਰੂਰ ਦੇ ਮੂਣਕ ਇਲਾਕੇ ਦੇ ਪਿੰਡ ਡੂਡੀਆਂ ਦਾ ਇਹ ਫੌਜੀ ਜਵਾਨ ਸੀ ਜੋ ਕੁਛ ਸਮਾਂ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਇਆ ਤੇ ਅੱਜ ਇਸਨੇ ਸ਼ਹਾਦਤ ਦਾ ਜਾਮ ਪੀ ਲਿਆ। ਸੁਰਿੰਦਰ ਸਿੰਘ ਭਾਰਤੀ ਸੈਨਾ ਦੇ ਵਿੱਚ 14 ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੋਇਆ ਸੀ ਅਤੇ ਰਾਜਸਥਾਨ ਦੇ ਕੋਟਾ ਦੇ ਵਿੱਚ ਤੈਨਾਤ ਸੀ। ਦੱਸਦੇ ਕਿ ਅੱਜ ਸ਼ਹੀਦ ਸੁਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਪਿੰਡ ਡੂੜੀਆਂ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸਦੇ ਕਿ ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਸਿਖਲਾਈ ਦੇ ਮੌਕੇ ਸ਼ਹੀਦ ਹੋ ਗਿਆ। 14 ਸਿੱਖ ਰੈਜੀਮੈਂਟ ਦਾ ਇਹ ਫੌਜੀ ਸੀ ਸੁਰਿੰਦਰ ਸਿੰਘ। 34 ਸਾਲ ਇਸ ਦੀ ਉਮਰ ਸੀ। ਪੂਰੇ ਇਲਾਕੇ ਨੂੰ ਸ਼ਹੀਦ ਦੀ ਸ਼ਹਾਦਤ ਤੇ ਮਾਣ ਹੈ। ਮੂਣਕ ਦੇ ਪਿੰਡ ਡੂੜੀਆਂ ਦਾ ਇਹ ਫੌਜੀ ਜਵਾਨ ਸੁਰਿੰਦਰ ਸਿੰਘ ਰਹਿਣ ਵਾਲਾ ਸੀ। ਸ਼੍ਰੀ ਗੰਗਾਨਗਰ ਦੇ ਕੋਟਾ ਦੇ ਵਿੱਚ ਟ੍ਰੇਨਿੰਗ ਦੌਰਾਨ ਇਹ ਜਵਾਨ ਸ਼ਹੀਦ ਹੋ ਗਿਆ।